रूपनगर जिले का गांव लोहगढ़ बिले के लोगों ने अपने गांव के हर एंट्री पॉइंट पर फ्लैक्स लगा रखे हैं और इन फ्लैक्सों पर साफ तौर पर राजनीतिक पार्टियों के नेताओं को आगाह किया गया है कि वो हमारे गांव में वोट मांगने न आए, अगर आए तो हमारे गांव की जो मुख्य समस्याएं हैं उन्हें दूर करने का आश्वासन देकर आए, जो हमें हमारी समस्याओं से निजात दिलाएगा वही हमारे गांव में वोट मांगने आए। अगर कोई राजनीतिक पार्टी का नुमाइंदा उन्हें उनकी समस्या से निजात दिलाने का पूर्ण तौर पर भरोसा नहीं देता है तो पूरा गांव वोट नहीं डालेगा और नोटा का बटन दबाएगा। समस्या जी पहली तो प्रदूषण की आ, दूजी साड़ी रोज़गार की आ, तीजी साड़ी समस्या जी बच्चों नूं पढ़ाई विच परेशानी आती है, प्राइवेट स्कूलों की लुट खोह करके असीं बड़े परेशान हाँ। सारे नेता जो भी जिहड़ी पार्टी साढ़े पिंड विच आऊगी वोट मंगण वह पहला साडा पिंड विच बैनर लग्या होया है वह पढ़ के फिर साढ़े पिंड विच बढ़े, अदरवाइज़ वह साढ़े पिंड विच ना आवे इसी उन्हां नूं कोई वोट नहीं पानी हैगी। अगर साड़ी समस्या सुनदे साड़ी समस्या का हल हुंदा है फिर असीं उन्हां नूं वोट पाऊंगे, अदरवाइज़ नहीं तो असीं नोटां नूं वोट बटन दबाऊंगे। पिछले तकरीबन 20-25 साल हो गया अंबूजा नूं लगी नूं, उस टाइम तो सरकारां भी बनदियां आईयां, अकाली दल भी 10 साल रह के गई है, ठीक है, उस तो बाद कैप्टन साहब हुण 17 तो आए हुए हैं, हर बार लारे लगते रहे सानूं काम लई प्रदूषण लई पर इहदा कोई हल नहीं निकलिया, इस करके सानूं हुण इह कदम चुकना पिया कि अगर साडे पिंड वोट मंगण आना है तां जिहड़े लारे ला के गए हैं सानूं ਉਹਨਾਂ ਦਾ ਹੱਲ ਕਰਕੇ ਆਇਓ, ਅਦਰਵਾਈਜ਼ ਸਾਡੇ ਕੋਲ ਆਉਣ ਦੀ ਲੋੜ ਨਹੀਂ। ਤੁਹਾਡੇ ਐਮਪੀ ਚੰਦੂ ਮਾਇਰਾ ਰਹੇ ਆ, ਕਦੀ ਦੇਖੇ ਨਹੀਂ, ਜਿੱਤਣ ਤੋਂ ਬਾਅਦ ਤਾਂ ਕੀ ਆਣਾ ਸੀ, ਜਦੋਂ ਲੜ ਰਹੇ ਸੀ ਇਲੈਕਸ਼ਨ ਉਦੋਂ ਵੀ ਨਹੀਂ ਆਏ, ਹੁਣ ਵੀ ਹਲੇ ਤੱਕ ਸਾਡੇ ਕੋਲ ਨਹੀਂ ਪਹੁੰਚੇ ਉਹ। ਕਦੀ ਹੋਰ ਕਿਸੇ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਪਹੁੰਚ ਕੀਤੀ ਤੁਹਾਡੇ ਕੋਲ? ਪਹੁੰਚ ਕੀਤੀ ਆ, ਹੁਣ ਇੱਥੇ ਕਾਂਗਰਸ ਦੇ ਨੇ ਢਿੱਲੋਂ ਸਾਹਿਬ ਉਹਨਾਂ ਤੱਕ ਪਹੁੰਚ ਕੀਤੀ ਆ, ਉਹਨਾਂ ਨਾਲ ਗੱਲ ਹੋਈ ਆ 17 ਦੇ ਇਲੈਕਸ਼ਨ ਦੇ ਟਾਈਮ, ਠੀਕ ਹੈ, ਪਰ ਸਰਕਾਰ ਚਲੋ ਉਹ ਨਹੀਂ ਜਿੱਤੇ, ਸਰਕਾਰ ਉਹਨਾਂ ਦੀ ਬਣੀ ਹੈ ਪਰ ਸਾਡਾ ਕੋਈ ਹੱਲ ਨਹੀਂ ਹੋਇਆ। ਠੀਕ ਹੈ, ਅਗਰ ਤੁਸੀਂ ਫਿਰ ਸਾਡੇ ਕੋਲ ਨੋਟਾ ਆਪਸ਼ਨ ਹੈ ਜੀ, ਪੂਰਾ ਪਿੰਡ? ਹਾਂਜੀ ਪੂਰਾ ਪਿੰਡ ਨਾਲ ਹੈ। ਤੁਸੀਂ ਬੈਨਰ ਲਗਾਇਆ, ਕਿਉਂ ਲਗਾਇਆ ਜੀ? ਦੇਖੋ ਜੀ, ਅਸੀਂ ਕਾਫੀ ਲੰਬੇ ਸਮੇਂ ਤੋਂ, ਅਸੀਂ 1999 ਤੋਂ ਜਿਹੜੀ ਅੰਬੂਜਾ ਸੀਮੈਂਟ ਫੈਕਟਰੀ ਦਾ ਪੋਲਿਊਸ਼ਨ ਆ ਅਤੇ ਰੋਪੜ ਥਰਮਲ ਪਲਾਂਟ ਦਾ ਪੋਲਿਊਸ਼ਨ ਆ ਇਹਦੇ ਨਾਲ ਅਸੀਂ ਜੂਝ ਰਹੇ ਹਾਂ ਅਤੇ 1999 ਤੋਂ ਸਾਡਾ ਇਲਾਕਾ ਜਿਹੜਾ ਉਹ ਧਰਨੇ ਦੇ ਰਿਹਾ ਹੈ, ਸੰਘਰਸ਼ ਕਰ ਰਿਹਾ ਹੈ ਅਤੇ ਤੁਸੀਂ ਇਹ ਦੇਖੋ 2019 ਆ ਗਈ, ਇਹ ਕਰੀਬ ਕਰੀਬ 20 ਸਾਲ ਹੋ ਗਏ ਅਤੇ 20 ਸਾਲ ਦੇ ਵਿੱਚ ਵੀ ਸਾਡਾ ਕੋਈ ਰਿਜ਼ਲਟ ਨਹੀਂ ਆ, ਕਿਉਂਕਿ ਸਾਡਾ ਕੋਈ ਪੋਲੀਟੀਕਲ ਜਿੰਨੀਆਂ ਵੀ ਪਾਰਟੀਆਂ ਆਈਆਂ ਹੈ ਉਹਨਾਂ ਨੇ ਸਾਨੂੰ ਅੱਜ ਤੱਕ ਲਾਰੇ ਦਿੱਤੇ ਆ ਅਤੇ ਸਾਡੀ ਐਵੇਂ ਦੀ ਜਿਹੜੀ ਜਾਇਜ਼ ਮੰਗਾਂ ਹੈ ਉਹਨਾਂ ਵੱਲ ਕਦੇ ਧਿਆਨ ਨਹੀਂ ਦਿੱਤਾ ਅਤੇ ਨਾ ਮੰਨੀ ਗਈ ਆ ਅਤੇ ਇਸੇ ਕਰਕੇ ਅਸੀਂ ਸਾਰੇ ਇਲਾਕੇ ਨੇ ਹੁਣ ਲੇਅ ਟੈਸਟ ਜਿਹੜਾ ਅਸੀਂ ਕੰਮ ਕੀਤਾ ਹੈ ਉਹ ਅਸੀਂ ਆਪਣੀ ਐਪਲੀਕੇਸ਼ਨਾਂ ਵੀ ਦਿੱਤੀਆਂ ਕਿ ਚਲੋ ਇੱਥੇ ਤੱਕ ਧਰਨੇ ਤੱਕ ਕੋਈ ਨਹੀਂ ਆਇਆ, ਅਸੀਂ ਆਪਣੀ ਐਪਲੀਕੇਸ਼ਨ ਦੇ ਥਰੂ ਇਹ ਉਹਨਾਂ ਨੂੰ ਪੁੱਜਦਾ ਕਰ ਦਈਏ। ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਮੁੱਖ ਮੰਤਰੀ ਆ ਅਤੇ ਉਹਦੇ ਨਾਲ ਨਾਲ ਉਹ ਇਨਵਾਇਰਮੈਂਟ ਮਿਨਿਸਟਰ ਵੀ ਆ ਪੰਜਾਬ ਦੇ, ਅਸੀਂ ਉਹਨਾਂ ਤੱਕ ਵੀ ਆਪਣੀ ਪੰਚਾਇਤਾਂ ਜਿੰਨੀਆਂ ਇਲਾਕੇ ਦੀਆਂ ਹੈਗੀਆਂ ਇਹ 45-50 ਪੰਚਾਇਤਾਂ ਹੈਗੀਆਂ ਸਾਡੀਆਂ, ਉਹਨਾਂ ਦੇ ਸਾਈਨ ਕਰਵਾ ਕੇ ਬਕਾਇਦਾ ਮੋਹਰਾਂ ਲਵਾ ਕੇ ਅਸੀਂ ਉਹਨਾਂ ਤੱਕ ਐਪਲੀਕੇਸ਼ਨ ਪੁੱਜਦੀ ਕਰੀਏ ਫਰਵਰੀ 'ਚ, 12 ਫਰਵਰੀ ਨੂੰ, ਅੱਜ 3 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਪਰ ਉਹਦੇ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ ਅਤੇ ਜਦੋਂ ਕਿਸੇ ਨੇ ਸਾਡੀ ਗੱਲ ਸੁਣਨੀ ਨਹੀਂ ਆ ਤਾਂ ਫਿਰ ਅਸੀਂ ਦੇਖ ਰਹੇ ਕਿ ਵੋਟਾਂ ਦਾ ਟਾਈਮ ਆ, ਲੀਡਰ ਨੇ ਆਉਣਾ ਹੀ ਆ ਅਤੇ ਜਦੋਂ ਆਉਣਾ ਹੀ ਆ ਤਾਂ ਫਿਰ ਅਸੀਂ ਪਹਿਲਾਂ ਹੀ ਬੈਨਰ ਲਾ ਦਿੱਤੇ ਆ ਕਿ ਪਿੰਡ 'ਚ ਆਉਣਾ ਹੈ ਤਾਂ ਸਾਡੀਆਂ ਆਹ ਮੰਗਾਂ ਹੈ, ਇਹ ਮੰਗਾਂ ਸਾਡੀਆਂ ਨੂੰ ਦੇ ਸਵਾਲਾਂ ਦੇ ਜਵਾਬ ਦੇ ਮੰਗਾਂ ਦੇ ਹੱਲ ਲੈ ਕੇ ਸਾਡੇ ਤੱਕ ਪਹੁੰਚੋ, ਅਦਰਵਾਈਜ਼ ਫਿਰ ਪਿੰਡ ਦੇ ਬਾਹਰ ਲੰਘ ਜਾਓ, ਘੁੰਮ ਜਾਓ ਹੋਰ ਪਾਸੇ। ਸਰ ਸਾਡੀਆਂ 3 ਮੰਗਾਂ ਤਾਂ ਜੋ ਅਸੀਂ ਸਾਹਮਣੇ ਬੈਨਰ 'ਤੇ ਲਿਖੀਆਂ ਸੀਗੀਆਂ ਹੁਣ ਇਹ ਲਾਈਆਂ ਵੀ ਆ, ਪੋਲਿਊਸ਼ਨ ਦਾ ਆ ਅਤੇ ਆਪਣਾ ਜੋ ਬਿਜਲੀ ਦੀਆਂ ਦਰਾਂ ਬਹੁਤ ਜ਼ਿਆਦਾ ਹੈ ਅਤੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟ ਹੈ। ਪਹਿਲੀ ਗੱਲ ਜਿੱਦਾਂ ਉਰੇ ਸਾਡੇ ਨਾ ਇੱਕ ਸਾਡੇ ਸਰਕਾਰੀ ਸਕੂਲਾਂ ਦਾ ਇੰਨਾ ਮਾੜਾ ਹਾਲ ਹੈ ਕਿ ਬੰਦੇ ਤਾਂ ਬੱਚੇ ਤਾਂ ਕੀ ਉੱਥੇ ਪੜ੍ਹਨ ਜਾਣਗੇ, ਸ਼ਾਇਦ ਕੁੱਤੇ ਵੀ ਜਾਣਾ ਬੰਦ ਕਰ ਗਏ, ਇੱਦਾਂ ਦੇ ਹਾਲਾਤ ਹੋ ਗਏ ਆ। ਆਹ ਸਾਡਾ ਪਿੰਡ ਪੈਂਦਾ ਆ ਲੋਹਗੜ੍ਹ ਫਿੱਡਿਆਂ, ਇੱਥੇ ਸਰਕਾਰੀ ਸਕੂਲ ਆ, ਉਰੇ ਕਿਸੇ ਟਾਈਮ 100-150 ਬੱਚਾ ਪੜ੍ਹਦਾ ਸੀਗਾ ਮਿਡਲ ਤੱਕ, ਅੱਜ ਇੱਥੇ ਗਿਣ ਕੇ 20 ਬੱਚੇ ਆ, ਔਰ ਜਿਹੜੇ ਅੱਧ ਤੋਂ ਜ਼ਿਆਦਾ 20 ਦੇ ਵਿੱਚ ਅੱਧ ਤੋਂ ਜ਼ਿਆਦਾ ਆਪਾਂ ਕਹਿ ਨਹੀਂ ਸਕਦੇ ਕਿ ਪੰਜਾਬ ਨੂੰ ਬਿਲੋਂਗ ਕਰਦੇ ਆ। ਜੇ ਗੌਰਮੈਂਟ ਕਹਿੰਦੀ ਆ ਕਿ ਸਰਕਾਰੀ ਸਕੂਲਾਂ ਦੇ ਹਾਲਾਤ ਬਹੁਤ ਬਿਹਤਰ ਨਹੀਂ ਹੋ ਸਕਦੇ ਤਾਂ ਮੈਂ ਗੌਰਮੈਂਟ ਨੂੰ ਇੱਕ ਐਡਵਾਈਸ ਦਿੰਦਾ ਕਿ ਤੁਸੀਂ ਨਾ ਇੱਕ ਕਾਨੂੰਨ ਪਾਸ ਕਰ ਦਿਓ, ਜੋ ਬੰਦਾ ਸਰਕਾਰੀ ਜੋਬ ਕਰਦਾ ਉਹ ਬੰਦਾ ਸਰਕਾਰੀ ਸਕੂਲ 'ਚ ਆਪਣਾ ਬੱਚਾ ਪੜ੍ਹਾਵੇ ਤਾਂ ਜੋ ਸਾਡੇ ਹਾਲਾਤ ਪਤਾ ਲੱਗਣ, ਅਸੀਂ ਕਿਹਨਾਂ ਹਾਲਾਤਾਂ ਨਾਲ ਜੂਝਦੇ ਹਾਂ ਜਾਂ ਤੁਹਾਡੇ ਬੱਚੇ ਇੱਥੇ ਆਉਣਗੇ। ਤੁਹਾਡੀ ਦੂਜੀ ਗੱਲ ਆਉਂਦੀ ਹੈ ਪੋਲਿਊਸ਼ਨ ਦੀ, ਅੱਜ ਪੋਲਿਊਸ਼ਨ ਸਾਡੇ ਉਰੇ ਅੰਬੂਜਾ ਫੈਕਟਰੀ ਆ ਇਹਦੇ ਦੇਣਾ ਕਰਕੇ ਇੰਨਾ ਥੱਲੇ ਆ ਗਿਆ ਵਾ
कि साढ़े हर चौथे घर में आने वाले 2 साल कैंसर का मरीज मिलता, 5-7 मौतां साढ़े पिंड हो लिया, 5-7 हले इस बीमारी नाल जूझ रहे हैं। जे हले भी इस चीज़ पर गौरमेंट नहीं कोई ध्यान दिंदी जां कोई भी गलबात आ वो नहीं देखती तो फिर सानू तो जिहड़े रिजल्ट ही मिलने ही मिलने आ। फिर गौरमेंट नूं कि आखिरी एडवाइस आ भी जे पिंड नूं अग लगदी आ तो अपना घर भी सुक्का नहीं रहिंदा हुंदा, जे साडियां झुंगियां जल गईयां तां तुहाडे महल भी बचे नहीं रहने, अज नहीं कल वो ढह के रहने। श्री आनंदपुर साहिब से संदीप शर्मा की रिपोर्ट।